ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਮੂਵੀ ਜੋ 8 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ, ਗਿੱਪੀ ਗਰੇਵਾਲ ਦੀ ਮਿੱਤਰਾ ਨਾਂ ਚੱਲਦਾ। ਜੀ ਹਾਂ, ਇਸ ਮੂਵੀ ਦੇ ਵਿੱਚ ਗਿੱਪੀ ਗਰੇਵਾਲ, ਤਾਨੀਆ, ਰਾਜਦੀਪ ਸ਼ੋਕਰ ਅਤੇ ਹੋਰ ਵੀ ਕਈ ਕਲਾਕਾਰਾਂ ਨੇ ਇਸ ਮੂਵੀ ਵਿੱਚ ਕੰਮ ਕੀਤਾ ਹੈ। ਜੀ ਹਾਂ, ਇਸ ਮੂਵੀ ਨੂੰ ਰਾਕੇਸ਼ ਧਵਨ ਨੇ ਲਿਖਿਆ ਹੈ ਅਤੇ ਇਸ ਮੂਵੀ ਨੂੰ ਪੰਕਜ ਬੱਤਰ ਨੇ ਡਾਇਰੈਕਟ ਵੀ ਕੀਤਾ ਹੈ ਅਤੇ ਪ੍ਰੋਡਿਊਸ ਵੀ ਕੀਤਾ ਹੈ ਅਤੇ ਜੀ ਸਟੂਡੀਓ ਵਾਲੇ ਨੇ ਇਸ ਮੂਵੀ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਹੈ। ਜੇ ਅੱਜ ਗੱਲ ਕਰੀਏ ਇਸ ਮੂਵੀ ਦੀ OTT ਦੀ, ਇਹ ਮੂਵੀ ਕਿਸ OTT ਪਲੇਟਫਾਰਮ 'ਤੇ ਆਏਗੀ, ਅਤੇ ਜੀ ਅਸੀਂ ਤੁਹਾਨੂੰ ਦੱਸਾਂਗੇ ਇਹ ਮੂਵੀ ਦਾ ਸਿਨੇਮਾ ਪੀਰੀਅਡ 8 ਹਫ਼ਤਿਆਂ ਦਾ ਹੈ। ਜੀ ਹਾਂ, ਇਹ ਮੂਵੀ ਸਿਨੇਮਾ ਘਰਾਂ ਵਿੱਚ 8 ਹਫ਼ਤਿਆਂ ਬਾਅਦ ਚੱਲਣ ਤੋਂ ਬਾਅਦ ਇਹ ਮੂਵੀ OTT ਜਾਏਗੀ। ਦੇਖਿਆ ਜਾਵੇ ਤਾਂ ਇਹ ਮੂਵੀ 2 ਪਲੇਟਫਾਰਮ 'ਤੇ ਆ ਸਕਦੀ ਹੈ। ਜੀ ਹਾਂ, ਇੱਕ ਚੌਪਾਲ, ਇੱਕ G5 ਦੇ। G5 ਦੀ ਗੱਲ ਕਰੀਏ, ਕਿਉਂਕਿ G5 ਵਾਲਿਆਂ ਨੇ ਇਸ ਮੂਵੀ ਨੂੰ ਡਿਸਟ੍ਰੀਬਿਊਟ ਕੀਤਾ ਹੈ ਅਤੇ ਪ੍ਰੋਡਿਊਸ ਵੀ ਕੀਤਾ ਹੈ, ਅਤੇ ਜ਼ਿਆਦਾਤਰ ਚਾਂਸ ਨੇ ਕਿ ਇਹ ਮੂਵੀ G5 'ਤੇ ਆ ਸਕਦੀ ਆ, ਪਰ ਇਹ ਚੌਪਾਲ 'ਤੇ ਆਉਣੀ ਹੀ ਆਉਣੀ ਹੈ। ਅਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਸੀਂ ਅਪਡੇਟ